ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਗਨ ਟਰੱਸਟ ਲਾਈਨ ਤੋਂ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਘਰਾਂ ਦੇ ਵਿੱਚ। ਜਿਹੜੀ ਕਿ ਬਿਮਾਰੀ ਚੱਲ ਰਹੀ ਹੈ, ਤੁਸੀਂ ਆਪਣੇ ਆਪ ਨੂੰ ਸੇਫ ਰੱਖਿਆ ਹੋਊਗਾ। ਸੋ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਸ਼ੈਨਿੰਗਨ ਵੀਜ਼ਾਸ ਦੀ। ਅਸੀਂ ਲੈ ਕੇ ਆਏ ਹਾਂ ਮਾਲਟਾ ਦਾ ਸਟੱਡੀ ਪਰਮਿਟ, ਜਿਹੜਾ ਕਿ 1 ਸਾਲ ਦਾ ਹੋਊਗਾ। ਕਾਫੀ ਬੱਚਿਆਂ ਨੇ ਜਿਨ੍ਹਾਂ ਕੋਲ ਆਈਲੈਟਸ ਕੰਪਲੀਟ ਨਹੀਂ ਕੀਤੀ ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ, ਉਹਨਾਂ ਦੇ ਲਈ ਇਹ ਮਾਲਟਾ ਇੱਕ ਬਹੁਤ ਹੀ ਬੈਸਟ ਆਪਸ਼ਨ ਹੋਊਗੀ, ਜਿਸ ਦਾ ਖਰਚਾ ਸਾਰਾ ਹੀ 5.5 ਲੱਖ ਰੁਪਈਆ ਹੈ। ਜਿਹੜੀ ਕਿ ਫੀਸ ਤੁਸੀਂ ਨੇ ਆਫਟਰ ਵੀਜ਼ਾ ਪੇ ਕਰਨੀ ਹੈ। ਜੇ ਤੁਸੀਂ 10th ਪਾਸ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ, ਜੇ ਤੁਸੀਂ +2 ਪਾਸ ਹੋ, ਗ੍ਰੈਜੂਏਸ਼ਨ ਕੀਤੀ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਜੇਕਰ ਤੁਸੀਂ ਆਇਲਸ ਨਹੀਂ ਕੀਤੀ ਤਾਂ ਵੀ ਅਪਲਾਈ ਕਰ ਸਕਦੇ ਹੋ, ਤੁਹਾਡੇ ਕੋਲ ਪੁਰਾਣੇ ਫੰਡ ਨਹੀਂ ਹੈਗੇ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਮਾਲਟਾ ਦੀ ਜਿਹੜੀ ਆਪਸ਼ਨ ਹੈ ਇਹ ਸਭ ਤੋਂ ਬੈਸਟ ਹੈ। ਵੀਜ਼ਾ ਸਕਸੈਸ ਰੇਸ਼ੋ 100% ਹੋਵੇਗਾ ਇਸ ਵਾਰ, ਕਿਉਂਕਿ ਆਫਟਰ ਲੋਕਡਾਊਨ ਸਾਰੀਆਂ ਹੀ ਕੰਟਰੀਜ਼ ਨੇ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਸਟੂਡੈਂਟਸ ਦੀ ਜ਼ਰੂਰਤ ਹੈ। ਸੋ ਉਮੀਦ ਕਰਦਾ ਕਿ ਤੁਸੀਂ ਸਾਡੇ ਕੋਲ ਆਵੋਗੇ ਅਤੇ ਮਾਲਟਾ ਦਾ ਜਿਹੜਾ ਵੀਜ਼ਾ ਉਹ ਅਪਲਾਈ ਕਰਵਾਓਗੇ। ਇਸ ਦੀ ਜਿਹੜੀ ਫੀਸ ਹੈ ਉਹ ਸਿਰਫ £6,000 ਹੈ, ਜਿਹੜੀ ਕਿ ਤੁਸੀਂ ਆਫਟਰ ਵੀਜ਼ਾ ਪੇ ਕਰਨੀ ਹੈ। ਤੁਸੀਂ ਸਾਡੇ ਤੋਂ ਅਪਲਾਈ ਕਰਵਾਓ ਅਤੇ 1.5 ਮੰਥ ਦਾ ਇਹ ਪ੍ਰੋਸੈਸ ਹੈ, ਜਿਹਦੇ ਵਿੱਚ ਕਿ ਤੁਹਾਨੂੰ ਇੱਕ ਮੇਨ ਚੀਜ਼ ਦਾ ਖਿਆਲ ਰੱਖਣਾ ਹੋਊਗਾ, ਉਹ ਹੈ ਮੈਡੀਕਲ ਅਤੇ ਤੁਹਾਡੀ PCC। ਇਸ ਦੇ ਵਿੱਚ ਜ਼ਰੂਰੀ ਹੈ, ਉਹ ਤੁਸੀਂ ਪਹਿਲਾਂ ਹੀ ਕਰਵਾ ਕੇ ਰੱਖ ਲਓ ਜਿਸ ਦਿਨ ਤੁਸੀਂ ਅਪਲਾਈ ਕਰਨਾ, ਨਾਲ ਲੈ ਕੇ ਆਉਣਾ ਵਾ। ਸੋ ਇਹ ਬਹੁਤ ਹੀ ਬੈਸਟ ਆਪਸ਼ਨ ਹੈ। ਇਸ ਤੋਂ 2 ਮਹੀਨੇ ਬਾਅਦ ਜਦੋਂ ਤੁਹਾਡਾ TRC ਕਾਰਡ ਬਣ ਜਾਂਦਾ ਉੱਥੇ ਮਾਲਟਾ ਦੇ ਵਿੱਚ, ਤੁਸੀਂ ਅੱਗੇ ਫਲਾਈ ਕਰ ਸਕਦੇ ਹੋ ਬਿਨਾਂ ਕਿਸੇ ਵੀਜ਼ੇ ਤੋਂ। ਪੁਰਤਗਾਲ, ਪੋਲੈਂਡ, ਜਿੰਨੀਆਂ ਵੀ ਸ਼ੈਨਿੰਗਨ ਕੰਟਰੀਜ਼ ਨੇ, ਜਰਮਨੀ, ਸਾਰੇ ਕਿਤੇ ਤੁਸੀਂ ਬਿਨਾਂ ਵੀਜ਼ੇ ਤੋਂ ਟਰੈਵਲ ਕਰ ਸਕਦੇ ਹੋ, ਜੇਕਰ ਤੁਹਾਡੇ ਕੋਲ TRC ਕਾਰਡ ਹੈ ਮਾਲਟਾ ਦਾ। ਸੋ ਜੇਕਰ ਤੁਸੀਂ ਹੋਰ ਕੋਈ ਇਨਕੁਆਇਰੀ ਲੈਣੀ ਚਾਹੁੰਦੇ ਹੋ ਸਾਨੂੰ ਕਾਲ ਕਰ ਸਕਦੇ ਹੋ, ਨੀਚੇ ਸਾਡੇ ਨੰਬਰ ਦਿੱਤੇ ਗਏ ਨੇ ਜੀ। ਥੈਂਕ ਯੂ।